ਬਾਕੀ ਮੇਰੇ ਪੈਰ ਅੱਛਾ ਜੀ ਸੌਂ ਕੇ ਉੱਠ ਪਏ ਆ, ਨਮਾਜ਼ ਪੜ੍ਹ ਕੇ ਸੌਂ ਬੱਚੇ ਸੌ ਗਏ ਸੀ ਸਾਰੇ, ਤੇ ਮੈਂ ਅੱਜ ਸੁੱਤੀ ਨਹੀਂ, ਨਾ ਨੀਂਦ ਆਈ ਗਰਮੀ ਅੱਜ ਬਹੁਤ ਆ, ਪੂਰੇ ਛਾਵੇਂ ਬੈਠੀ ਗਿਆ ਆਰਤੀ ਨੂੰ ਦਿਖਾ ਦੋ ਪਿਆ ਚੂੜੀਆਂ ਆਪੀਆਂ ਮੇਰੀ ਪੈਰ ਧੀ ਦੀਆਂ ਚੂੜੀਆਂ ਦੇਖ ਲਓ ਚਲੋ, ਅਤੇ ਗਰਮੀ ਬਹੁਤ ਅੱਜ ਨੀਂਦ ਨਹੀਂ ਚੱਜ ਲਾਈ, ਇੰਨੀ ਜ਼ਿਆਦਾ ਗਰਮੀ, ਬੱਚੇ ਤਾਂ ਫਿਰ ਵੀ ਅੱਧਾ ਘੰਟਾ ਸੌ ਗਏ, ਮੈਨੂੰ ਤਾਂ ਚਲੋ ਨਹੀਂ ਆਈ ਪਸੀਨਾ ਆਉਂਦਾ ਰਿਹਾ, ਗਰਮੀ ਬਹੁਤ ਜ਼ਿਆਦਾ, ਕਹਿ ਬਣਾਈਏ ਬੱਚੇ ਫਿਰ ਉੱਠ ਗਏ ਸ਼ਾਮੀ ਵਿੱਚ, ਕਹਿ ਰਹੀ ਮੰਮਾ ਮੈਨੂੰ ਭੁੱਖ ਲੱਗੀ ਹੈ, ਅਤੇ ਰੋਟੀ ਦੋ ਤਿੰਨ ਦਿਨ ਹੋ ਗਏ ਗਰਮੀ ਦਾ ਕਰਕੇ ਤਾਂ ਰੋਟੀ ਵੀ ਖਾਂਦੀ ਕਰਦੇ ਹਾਂ, ਜਿੰਨੀ ਮੰਮਾ ਭੁੱਖ ਲੱਗੀ ਮੈਂ ਤਾਂ ਚਾਹ ਬਣਾ ਕੇ ਨਾ ਬਿਸਕਿਟ ਨੂੰ ਰੱਖ ਦਿੰਦੀ ਹੈ, ਅਤੇ ਉਹ ਮੇਰੇ ਪਿੱਛੇ ਚੜ ਗਈ ਸੌਂ ਕੇ ਉੱਠੀ, ਮੰਮਾ ਹੁਣ ਮੈਨੂੰ ਦੁਆਰਾ ਖਾ ਕੇ ਪੁੱਛ ਗਏ ਐਂ ਕੀ ਦੁਬਾਰਾ ਭੁੱਖ ਲੱਗ ਗਈ, ਕੀ ਜੀ ਜਿੱਤੀ ਭੁੱਖ ਲੱਗਿਆ ਕੀ ਵੀ ਲੱਗ ਭੁੱਖ ਲੱਗ ਗਈ ਛੋਟੀ ਜੀ, ਚਾਹ ਪੱਕ ਕੇ ਨਾ ਰਾਤੀ ਆਉਂਦੀ ਆ ਚੱਲ ਬੱਚਿਆਂ ਨੂੰ ਖਾਣਾ ਖਵਾਤਾ, ਸਾਮੀ ਬੇਟੀ, ਹਾਨੀਆ ਬੇਟੀ, ਜਮਸ਼ੇਦ ਬੇਟਾ ਸਾਰੇ ਸੌ ਗਏ, ਨੀਚੇ ਸੁਣਨੇ ਅਸੀਂ ਕਿਉਂਕਿ ਬੈੱਡ ਉੱਤੇ ਬੱਚੇ ਕਹਿੰਦੇ ਮੰਮਾ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ, ਅਤੇ ਗੱਦਾ ਗਰਮ ਆ ਸੋਫਾ, ਅਤੇ ਉਹਨਾਂ ਨੂੰ ਬਹੁਤ ਗਰਮੀ ਲੱਗਦੀ, ਅਤੇ ਨੀਚੇ ਫਿਰ ਚਟਾਈ ਵਿਛਾ ਕੇ ਨੀਚੇ ਪੈਂਦੇ ਮਾਸ਼ਾਅੱਲਾ, ਇੱਦਾਂ ਹੀ ਚੱਲੇ ਚਟਾਈ ਵਿਛਾ ਕੇ ਸਾਰੇ ਪੈ ਜਾਂਦੇ ਮਾਸ਼ਾਅੱਲਾ, ਅਤੇ ਨੀਚੇ ਪੈ ਕੇ ਸੌਂ ਜਾਈਦਾ, ਅਤੇ ਪੱਖਾ ਛੱਤ ਵਾਲਾ ਚੱਲਦਾ, ਸੋਲਰ ਪਲੇਟ 'ਤੇ ਗਰਮ ਹਵਾ ਦਿੰਦਾ, ਬੜਾ ਮੂੰਹ ਨੂੰ ਸੇਕ ਲੱਗਦਾ, ਬਾਹਰ ਤਾਂ ਹੋਰ ਜ਼ਿਆਦਾ ਵਾ, ਅੰਦਰ ਤਾਂ ਫਿਰ ਵੀ ਕੁਛ ਨਾ ਕੁਛ ਠੰਡਾ ਹੋ ਜਾਂਦਾ, ਜਦੋਂ ਥੋੜ੍ਹਾ ਜਿਹਾ ਅਸਰ ਜ਼ੋਰ ਤੋਂ ਬਾਅਦ ਬਾਅਦ ਯਾਨੀ ਕਿ ਅਸਰ ਤੋਂ ਬਾਅਦ ਬਾਅਦ ਤਾਂ ਕੀ ਨਾਲਦਾ ਬਹੁਤ ਪਿਆ ਠੰਡਾ ਕਮਰਾ ਹੋ ਜਾਂਦਾ, ਏਸੀ ਤਾਂ ਇੱਦਾਂ ਲੱਗਦਾ ਜਿਵੇਂ ਏਸੀ ਚੱਲਦਾ, ਬਾਹਰ ਨਿਕਲਦੀ ਡੇਲੀ ਨਹੀਂ ਕਰਦਾ ਹੁੰਦਾ, ਅਤੇ ਮਾਸ਼ਾਅੱਲਾ ਬੱਚੇ ਇੱਦਾਂ ਤਿਆਰ ਕਰ ਵਿੱਚ, ਮੈਂ ਕਿਹਾ ਅੱਜ ਬੇਟਾ ਰੋਜ਼ ਹੀ ਸਵਾਨੀ ਹੁੰਦੀ ਕਿਉਂਕਿ ਗਰਮੀ ਤੋਂ ਬਚਾਨੀ ਬੱਚੇ ਗਰਮੀ 'ਚ ਫਿਰ ਕੇ ਬਿਮਾਰ ਨਾ ਹੋ ਜਾਣ, ਬਹੁਤ ਗਰਮੀ ਹੈ, ਅਤੇ ਅੱਜ ਤਾਂ ਸੌਂਦੇ ਨਹੀਂ ਸੀ ਬੇ ਖੁਸ਼ੀ ਤੋਂ, ਮੈਂ ਕਿਹਾ ਬੇਟਾ ਮਹਿੰਦੀ ਵੀ ਲਾ ਲਈਏ, ਚੂੜੀਆਂ ਵੀ ਪਾ ਲਈਆਂ, ਜਮਸ਼ੇਦ ਬੇਟਾ ਨੂੰ ਵੀ ਸੌਂਦਾ ਨਹੀਂ ਸੀ, ਮੈਂ ਕਿਹਾ ਬੇਟਾ ਕੱਲ੍ਹ ਈਦ ਦਾ ਦੇਣਾ ਤੁਸੀਂ ਸਾਰਾ ਦਿਨ ਕੱਲ੍ਹ ਫਿਰਨਾ, ਅਤੇ ਅੱਜ ਥੋੜ੍ਹਾ ਲੇਟ ਜਾ, ਅੱਜ ਥੋੜ੍ਹਾ ਜਿਹਾ ਸੌਂ ਜਾਓ, ਸਕੂਨ ਕਰ ਲਓ, ਤੇਜ਼ ਗਰਮੀ ਆ, ਇਹ ਨਾ ਵੀ ਸੁਬਹ ਤੱਕ ਤਬੀਅਤ ਨਾ ਖਰਾਬ ਹੋ ਜਾਵੇ, ਗਰਮੀ ਬਹੁਤ ਆ, ਐਨ ਮੂੰਹ 'ਤੇ ਸੇਕ ਪੈਂਦਾ, ਸਿਰ 'ਚ ਧੁੱਪ ਪੈਂਦੀ ਹੈ, ਅਤੇ ਮਾਸ਼ਾਅੱਲਾ ਇੱਦਾਂ ਅਸੀਂ ਪਈਦਾ ਸਾਰੇ ਚਟਾਈ ਦੇ ਉੱਤੇ ਇੱਦਾਂ ਵਿਛਾ ਕੇ ਨੀਚੇ, ਅਤੇ ਬੈਡ 'ਤੇ ਬੱਚੇ ਨਹੀਂ ਪੈਂਦੇ, ਕਹਿੰਦੇ ਮੰਮਾ ਗਰਮ ਲੱਗਦਾ, ਅਤੇ ਚੂੜੀਆਂ ਆਪਣੇ ਭੈਣ ਭਾਈਆਂ ਨੇ ਸਵੇਰੇ ਬੇਟੀ ਦੀਆਂ ਨਹੀਂ ਮੈਂ ਸ਼ੇਅਰ ਕੀਤੀਆਂ ਸੀ ਕਿਉਂਕਿ ਸਵੇਰੇ ਬੇਟੀ ਰਾਤ ਪਹਿਲਾਂ ਹੀ ਘਰ ਆ ਗਈ ਸੀ, ਸੌਂ ਗਈ ਸੀ, ਅਤੇ ਦਿਨੇ ਵੀ ਮੇਰੇ ਨਹੀਂ ਆ ਵਿਚਾਰੀ, ਕਿਤੇ ਨਾ ਕਿਤੇ ਕੰਮ ਸਾਰੇ ਇਹ ਕਰਦੀ ਹੈ, ਮੇਰੀ ਧੀ ਇਲਾ ਇਹਨੂੰ ਬੇਟਾ ਹੀ ਬਣਾ ਦਿੰਦਾ, ਵੱਡਾ ਵੱਡਾ ਮੇਰਾ ਬੇਟਾ ਬਣਾ ਦਿੰਦਾ, ਹੁਣ ਮੇਰੇ ਨਾਲ ਮੋਢਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੁੰਦਾ, ਅਤੇ ਅੱਲਾ ਤੰਦਰੁਸਤੀ ਦੇਵੇ, ਮੇਰੀ ਧੀ ਵੀ ਸੱਤਾ ਪੁੱਤਾਂ ਮਗਰੀ ਆ ਮਾਸ਼ਾਅੱਲਾ, ਪੁੱਤਾਂ ਮਗਰੀ ਮੇਰੀ ਧੀ ਸਾਰੇ ਹੁੰਦਾ ਦੇ ਕੰਮ ਕਰਦੀ, ਫਜਰ ਫਰਜ ਨੂੰ ਬਣਦੀ ਹੈ, ਅਤੇ ਜਮਸ਼ੇਦ ਬੇਟਾ ਅਜੇ ਛੋਟਾ ਵਾ ਨਾਲੇ ਬੱਚਾ ਵਾ, ਉਹਨੂੰ ਐਡੀ ਸਮਝ ਨਹੀਂ, ਅਤੇ ਸਵੇਰਾ ਬੇਟੀ ਮਾਸ਼ਾਅੱਲਾ ਵੱਡੀ, ਇਹਨੂੰ ਸਮਝ ਆ, ਅਤੇ ਜੇ ਮੇਰਾ ਬੇਟਾ ਹੁੰਦਾ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ, ਅੱਲਾ ਨੇ ਬੇਟੀ ਬਣਾਤੀ ਹੈ, ਬੇਟੀ ਵੀ ਮੇਰੀ ਬੇਟਿਆਂ ਮਗਰੀ ਹੈ, ਅੱਲਾ ਲੰਮੀ ਜ਼ਿੰਦਗੀ ਕਰੇ ਅਤੇ ਇਹਨੂੰ ਤੰਦਰੁਸਤੀ ਦੇਵੇ, ਅਤੇ ਹੈ ਨਹੀਂ ਸੀ ਕੋਈ ਨਾ ਕੋਈ ਕੰਮ ਕਰਨ ਵਿਚਾਰੀ ਗਈ ਹੁੰਦੀ ਹੈ, ਅਤੇ ਹੁਣ ਮੈਂ ਕਿਹਾ ਮੈਂ ਆਪਣੀ ਬੇਟੀ ਦੀਆਂ ਚੂੜੀਆਂ 'ਤੇ ਸ਼ੇਅਰ ਹੀ ਨਹੀਂ ਕੀਤੀਆਂ ਭੈਣ ਭਾਈਆਂ ਨਾਲ, ਆਹ ਸਵੇਰਾ ਬੇਟੀ ਦੀਆਂ ਇੱਕ ਸੂਟ ਜਿਹੜਾ ਇੱਦੋਂ ਦੂਸਰੇ ਦਿਨ ਪਾਉਣਾ ਉਹਦੇ ਨਾਲ ਦੀਆਂ ਚੂੜੀਆਂ, ਆਹ ਜਿਹੜੀਆਂ ਜਿਹੜਾ ਪਹਿਲੇ ਦਿਨ ਸੂਟ ਪਾਉਣਾ ਉਹਦੇ ਨਾਲ ਦੀਆਂ, ਇਹ ਹੈਗੀਆਂ ਬਲੂ ਕਲਰ ਦੀਆਂ ਮਲਟੀ ਸ਼ੇਡ ਦੇ ਵਿੱਚ ਆ, ਦੇਖੋ ਬਹੁਤ ਪਿਆਰੀਆਂ,
ਇਹ ਵੀ ਮਲਟੀ ਸ਼ੇਅਰ ਚਾਹ ਵੀ ਮੇਰੇ ਭੈਣ ਸਵੇਰਾ ਬੇਟੀ ਤੁਹਾਨੂੰ ਕਿੱਦਾਂ ਲੱਗਿਆ? ਮਹਿੰਦੀ ਲਾਉਣੀ ਸਵੇਰਾ ਬੇਟੀ ਨੇ, ਦੂਸਰੇ ਭੈਣ ਭਾਈਆਂ ਨੇ ਸਾਰਿਆਂ ਨੇ ਲਾ ਲਈ ਹੈ, ਸਵੇਰਾ ਬੇਟੀ ਰਹਿ ਗਈ, ਇਹਨੇ ਬਸ ਮਹਿੰਦੀ ਲਵਾਉਣੀ ਹੈ। ਨਹੀਂ ਬੇਟਾ ਮੈਂ ਨਹੀਂ ਲਾਉਣੀ ਮਹਿੰਦੀ, ਆਂਟੀ ਨੇ ਤੁਹਾਨੂੰ ਪੈਗਾਮ ਦਿੱਤਾ। ਸਵੇਰਾ ਬੇਟੀ ਨੇ ਮੈਨੂੰ ਜਿੰਦ ਦਾ ਬੇਟਾ ਆਂਟੀ ਨੇ ਪੈਗਾਮ ਦਿੱਤਾ ਸੀ, ਐਵੇਂ ਕਿਹਾ ਮੈਂ ਰਕ ਲਾ ਲਿਆ ਤੁਸੀਂ ਮਹਿੰਦੀ ਲਾਣੀ ਚੱਲੀ ਤੇ ਮੰਮਾ ਨੇ ਕਿਹਾ ਰਾਣੀ, ਮੰਮਾ ਨੇ ਲਵਾਈ। ਇਹ ਵੀ ਮਹਿੰਦੀ ਤਾਂ ਰਹੀ ਹੈ ਬੇਟਾ, ਨਹੀਂ ਮੰਮਾ ਰਕ ਲਗਾਇਆ ਨਾ ਤੁਸੀਂ ਮਹਿੰਦੀ ਲਵਾਉਣੀ। ਹਾਂਜੀ ਬਹੁਤ ਪਿਆਰਾ ਤੇ ਮਹਿੰਦੀ ਵੀ ਲਗਾਉਣੀ ਆ, ਰੱਖਦਾ ਹੋਰ ਗੱਲ ਆ ਤੇ ਮਹਿੰਦੀ ਦੀ ਹੋਰ ਮਹਿੰਦੀ ਵੀ ਲਗਾਉਣੀ ਆ। ਮੇਰੇ ਬੇਟੀਆਂ ਨੇ ਲਾਈਆਂ ਮਾਸ਼ਾਅੱਲਾ, ਦੇਖੋ ਸਵਾਹਾਨੀਆਂ ਬੇ ਸਵੇਰਾ ਬੇਟੀ ਦੀ ਵੀ ਮਹਿੰਦੀ ਆਦੀਆਂ ਦੀ ਵੀ ਬਹੁਤ ਪਿਆਰੀ ਲੱਗੀ ਚੂੜੀਆਂ ਵੀ, ਇੱਧਰ ਵੀ ਮਾਸ਼ਾਅੱਲਾ ਬਹੁਤ ਪਿਆਰੀ ਲੱਗੀ। ਅਤੇ ਮੇਰੀ ਨੰਨੀ ਪਰੀ ਦੀ ਵੀ ਸਾਮੀਆਂ ਵੀ ਸੌਂ ਗਈ ਪੈ ਕੇ, ਆਪੇ ਹੱਥਾਂ 'ਤੇ ਹੁਣ ਲੰਬੀ ਪਈ ਸੀ ਚੋਕੇ ਕੋਣ ਨਾਲ, ਗੰਦੀ ਬੱਚੀ ਆਵੇ ਹਾਂ ਇੱਥੇ ਥੋੜ੍ਹੀ ਜਿਹੀ ਖਰਾਬ ਕਰ ਲਈ। ਆ ਵੀ ਮਾਸ਼ਾਅੱਲਾ ਸਾਮੀਆਂ ਬੇਟੀ 'ਤੇ ਵੀ ਬਹੁਤ ਪਿਆਰੀ ਲੱਗੀ, ਸੌਂ ਗਏ ਬੱਚੇ ਮਾਸ਼ਾਅੱਲਾ ਸਕੂਨ ਨਾਲ। ਮੈਂ ਵੀ ਸੌਣ ਗਈ ਨੀਂਦ ਆਈ। ਸੌਂ ਜਾ ਬੇਟਾ, ਮੈਂ ਜ਼ੋਰ ਦੀ ਜ਼ਾਨ ਹੋ ਗਈ ਨਮਾਜ਼ ਪੜ੍ਹਦੀ। ਬਾਕੀ ਵੀਡੀਓ ਦਾ ਜਿਹੜਾ ਵੀ ਸੀਨ ਹੋਇਆ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰਦੇ ਰਹੋ। ਅਸੀਂ ਚੂੜੀਆਂ ਪਵਾਉਣ ਅਤੇ ਚੂੜੀਆਂ ਪਵਾਉਣ ਆਏ, ਮਾਸ਼ਾਅੱਲਾ ਚੂੜੀਆਂ ਬਹੁਤ ਪਿਆਰੀਆਂ। ਸਵੇਰਾ ਬੇਟੀ ਨੇ ਆਪਣੀ ਪਸੰਦ ਦੀਆਂ ਪਵਾ ਰਹੀ, ਮਾਸ਼ਾਅੱਲਾ ਚੂੜੀਆਂ ਬਹੁਤ ਪਿਆਰੀਆਂ। ਖੇਲਣ ਦੇ ਕਹਿੰਦੇ ਮੈਂ ਲੱਡੂ ਲੈ ਕੇ ਆ ਗਈ ਦੂਧ ਜਿਹੜਾ ਅਸੀਂ ਨਾਲ ਮਸਾਇਆਂ ਦੇ ਲਈ ਦਾ ਮੈਂ ਰੋਜ਼ਾਨਾ ਕਿਲੋ ਲੈਂਦੀ ਹਾਂ, ਉਹੀ ਲੱਭਾ ਵਾ ਕਿਉਂਕਿ ਬੇਟਾ ਜਿਹੜਾ ਕਿਲੋ ਵਾ ਰੋਜ਼ਾਨਾ ਦਿੰਦੇ ਡੇਲੀ ਲਟੀਨ ਨਾਲ ਉਹੀ ਮਿਲਣਾ ਵਾ। ਬਾਕੀ ਸੇਵੀਆਂ ਸੂਵੀਆਂ ਜਿਹੜਾ ਕਸਟਰ ਵਗੈਰਾ ਬਣਾਉਣਾ ਉਹ ਕਹਿੰਦੀ ਨਹੀਂ ਮਿਲਣਾ ਕਿਤੇ ਪਾਸੇ, ਨੇ ਦੂਧ ਲੱਭਣ ਦਾ ਇੰਨੀ ਜ਼ਿਆਦਾ ਦੂਧ ਦੀ ਮੁਸ਼ਕਲ ਹੋਈ। ਅਤੇ ਸੇਵੀਆਂ ਕਸਟਰ ਵਾਸਤੇ ਬੱਚੇ ਕਹਿ ਰਹੇ ਮੰਮਾ ਕਸਟਰ ਬਣਾਓ, ਅਤੇ ਇਹ ਦੁੱਧ ਚਲੋ ਮੈਂ ਕਿਹਾ ਇਹੀ ਹੈ ਬੱਚੇ ਨਾ ਪੀਣਗੇ ਇਹਨਾਂ ਦਾ ਬਣਾ ਲੂੰ ਕਸਟਰ, ਅਤੇ ਚਲੋ ਅੱਧਾ ਕਿ ਡੇਢ ਕੁ ਕਿਲੋ ਕਿਲੋ ਹੋਰ ਮਿਲ ਜਾਂਦਾ ਅਤੇ ਸ਼ਾਇਦ ਸ਼ਾਮ ਤੀਕਰ ਮਿਲ ਹੀ ਜਾਵੇ, ਸ਼ਾਇਦ ਸ਼ਾਮ ਤੀਕਰ ਮਿਲ ਹੀ ਜਾਵੇ। ਅਤੇ ਮੈਂ ਕਿਹਾ ਚਲੋ ਜਿਹੜਾ ਰੋਜ਼ਾਨਾ ਦਾ ਲੈਂਦੇ ਸੀ ਇਹਨਾਂ ਨੂੰ ਦੁਬਾਰਾ ਦਵਾ ਕੇ ਰੱਖਾਂ।
ਤੇ ਸਾਮੀਆ ਬੇਟੀ ਤੇ ਹਾਦੀਆ ਤੇ ਹੀਰਾ ਦਈਆਂ ਆਪਣੀ ਪਾਲਟੀ ਕਰਨ। ਸਾਮੀਆ ਤਾਂ ਆਪਣੇ ਸਾਈਕਲ ਤੇ ਰਹਿੰਦੀ ਆ, ਪਾਪੜ ਖਾਂਦੀਆਂ। ਬੇਟਾ ਵੇਲਾ ਫਿਰ ਤੁਸੀਂ ਪਾਪੜ ਲਿਆ ਕੇ ਬੈਠੀਆਂ। ਉੱਪਰ ਜਾ ਰਹੀ, ਉੱਪਰ ਸਾਲ, ਅੱਛਾ ਜੀ ਉੱਪਰ ਜਾ ਰਹੀ ਹਾਂ। ਸਾਲਨ ਗਰਮ ਕਰ ਲਿਆ ਵਾ, ਆ ਦੁੱਧ ਨੂੰ ਮਾਲਾ ਦਵਾ ਲਿਆ, ਦੁੱਧ ਕਿਲੋ ਹੀ ਮਿਲਿਆ ਵਾ, ਬਾਕੀ ਦੁਕਾਨਦਾਰ ਕਹਿੰਦਾ ਸੀ ਮਗਰਬ ਤੋਂ ਬਾਅਦ ਪਤਾ ਕਰੀਏ। ਉਹਨੂੰ ਮਾਲਾ ਦਵਾ ਲਿਆ, ਸਾਲਨ ਵੀ ਗਰਮ ਕਰ ਲਿਆ, ਮਾਛ ਦਾਲ ਅਤੇ ਆਟਾ ਗੁੰਨ ਲਿਆ। ਉੱਪਰ ਚੱਲੀ ਆਟਾ ਲਿਆ ਕੇ ਰੋਟੀ ਬਣਾਉਣ, ਉੱਪਰ ਹਵਾ ਵੀ ਚੱਲ ਪਈ। ਨੀਚੇ ਤਾਂ ਬੜਾ ਬੁਰਾ ਹਾਲ, ਦਿਹਾੜੀ ਮਸਾਂ ਕੱਢੀ ਦੀ ਹੈ, ਬਹੁਤ ਜ਼ਿਆਦਾ ਗਰਮੀ ਲੱਗਦੀ ਨੀਚੇ। ਮਾਸ਼ਾਅੱਲਾ ਦੇ ਸਕਦੇ ਹਵਾ ਚੱਲ ਪਈ। ਸ਼ਾਮ ਦੇ ਟਾਈਮ ਅੱਜ ਤਾਂ ਇੰਨੀ ਸ਼ਦੀਦ ਗਰਮੀ ਸੀ ਨਾ, ਜਿਹੜਾ ਹੁੰਦਾ ਸੀ ਬਾਹਰੋਂ ਇਹ ਕਹਿੰਦਾ ਸੀ ਹਾਏ ਗਰਮੀ ਹਾਏ ਗਰਮੀ, ਅਤੇ ਦੁਪਹਿਰੇ ਬੱਚਿਆਂ 'ਤੇ ਅੱਖ ਨਹੀਂ ਲੱਗੀ ਅੰਦਰ ਗਰਮੀ ਦੀ ਵਜ੍ਹਾ ਤੋਂ। ਇੰਨੀ ਜ਼ਿਆਦਾ ਗਰਮੀ, ਬਹੁਤ ਜ਼ਿਆਦਾ ਪੱਖੇ ਵੀ ਤੱਤੀ ਹਵਾ ਦਿੰਦੇ, ਅਤੇ ਬਾਕੀ ਅੱਲਾਹ ਤਾਲਾ ਕਰਮ ਕਰੇ ਆਪਣਾ। ਜਿਵੇਂ ਜਿਵੇਂ ਸ਼ਾਮ ਪੈਂਦੀ ਜਾਂਦੀ ਉਵੇਂ ਉਵੇਂ ਇੰਨਾ ਮੌਸਮ ਅੱਛਾ ਹੋ ਜਾਂਦਾ ਨਾ, ਰਾਤ ਠੰਡੀ ਹੋ ਜਾਂਦੀ ਅਤੇ 11 ਵਜੇ ਤੋਂ ਬਾਅਦ ਉੱਪਰ ਆਉਣ ਨੂੰ ਦਿਲ ਹੀ ਨਹੀਂ ਕਰਦਾ, ਬਹੁਤ ਜ਼ਿਆਦਾ ਠੰਡੀ ਹੋ ਜਾਂਦੀ। ਚਾਰਜਰ ਲੈ ਕੇ ਜਾ ਰਹੀ, ਉੱਪਰ ਆਟਾ ਗੁੰਨ ਕੇ ਰੋਟੀ ਬਣਾਉਂਗੀ, ਸਾਲਨ ਗਰਮ ਕਰਤਾ, ਅੱਗੇ ਉੱਪਰ ਹੀ ਬਣਾਈ ਦਾ ਵਾ, ਅੱਜ ਦੁਪਹਿਰੇ ਨੀਚੇ ਬਣਾਇਆ ਸੀ, ਨੀਚੇ ਹੀ ਪਿਆ ਵਾ, ਅਤੇ ਬੱਚੀਆਂ ਲੈ ਜਾਣਗੀਆਂ ਚੱਕ ਕੇ ਸਾਲਨ ਵੀ ਉੱਪਰ, ਅਤੇ ਬਾਕੀ ਦੇਖੋ ਕਸ਼ਟਰ ਬਣਾਉਂਗੀ, ਦਸੇਲੀਆਂ ਬੱਚੇ ਜੋ ਕਹਿਣਗੇ, ਅਗਰ ਕਸ਼ਟਰ ਕਹਿਣਗੇ ਤਾਂ ਰਾਤ ਨੂੰ ਬਣਾ ਕੇ ਰੱਖੂੰਗੀ ਫਰਿੱਜ 'ਚ, ਅਗਰ ਜੇ ਸੇਵੀਆਂ ਕਹਿਣਗੇ। ਹਾਦੇ ਬੇਟੀ ਕਹਿੰਦੀ ਮੰਮਾ ਰੰਗੀਨ ਸੇਵੀਆਂ ਬਣਾਓ, ਰੰਗ ਵਾਲੀਆਂ ਜਿਹੜੇ ਰੰਗੀਨ ਹੁੰਦੀਆਂ, ਉਹ ਉਹਨੂੰ ਪਸੰਦ ਆ ਹਾਦੀਆਂ ਬੇਟੀ ਨੂੰ। ਅਤੇ ਸਵੇਰਾ ਬੇਟੀ ਹੁਣੇ ਕਹਿੰਦੇ ਮੰਮਾ ਕਸ਼ਟਰ ਬਣਾਓ, ਬਾਕੀ ਦੂਸਰੇ ਬੱਚੇ, ਬਾਕੀ ਸਾਰੇ ਬੱਚਿਆਂ ਦੀ ਸਲਾਹ ਲੈ ਕੇ ਕਸ਼ਟਰ ਕਹਿਣਗੇ, ਕਸ਼ਟਰ ਫਿਰ ਰਾਤ ਨੂੰ ਬਣਾ ਕੇ ਰੱਖੂੰਗੀ। ਸੇਵੀਆਂ ਕਹਿਣਗੇ ਤੁਸੀਂ ਸੇਵੀਆਂ ਸੁਬਹਾ ਸੁਬਹਾ ਬਣਾਉਂਗੀ, ਅਤੇ ਆਟਾ ਗੁੰਨ ਲਿਆ, ਉੱਪਰ ਲੈ ਕੇ ਜਾ ਰਹੀ ਰੋਟੀ ਬਣਾਉਣੀ ਹੈ, ਅਤੇ ਉੱਪਰ ਹੀ ਦੁੱਧ ਅੱਗੇ ਗਰਮ ਕਰ ਲਿਆ, ਰੋਟੀ ਖਾ ਕੇ ਬੱਚਿਆਂ ਨੂੰ ਖਵਾ ਕੇ ਫਿਰ ਨਮਾਜ਼ ਪੜ੍ਹ ਕੇ ਅਤੇ ਕਸ਼ਟਰ ਬਣਾ ਕੇ ਰੱਖ ਦੂੰਗੀ। ਅਤੇ ਹਵਾ ਮਾਸ਼ਾਅੱਲਾ ਠੰਡੀ ਠੰਡੀ ਚੱਲਣ ਲੱਗ ਪਈ ਹੈ, ਸਵੇਰਾ ਬੇਟੀ ਦੀ ਚੁੰਨੀ ਉੱਤੇ ਪਈ ਹਾਦੀਆਂ ਸਵੇਰਾ ਦੀ ਉੱਪਰ ਗਈਆਂ ਹੋਈਆਂ, ਠੰਡੀ ਠੰਡੀ ਹਵਾ ਵਾ। ਸ਼ੁਕਰ ਅਲਹਮਦੁਲਿਲਾ ਸੋਹਣੇ ਅੱਲਾਹ ਦਾ, ਆਪਣੇ ਪਿਆਰੇ ਬੰਦਿਆਂ ਨਾਲ ਸੱਤਰ ਮਾਵਾਂ ਜਿੰਨੇ ਪਿਆਰ ਕਰਦੇ ਬੰਦੇ ਹੀ ਆ, ਅੱਲਾਹ ਦੇ ਨਾਂ ਸ਼ੁਕਰੇ। ਅੱਲਾਹ ਦਾ ਹਰ ਹਰ ਵਕਤ ਹਰ ਘੜੀ ਸ਼ੁਕਰ ਅਦਾ ਕਰਨਾ ਚਾਹੀਦਾ, ਜਿਸ ਸਾਲ 'ਚ ਸੋਹਣਾ ਮਾਲਕ ਰੱਖੇ ਉਸ ਸਾਲ 'ਚ ਰਹਿਣਾ ਚਾਹੀਦਾ। ਅਤੇ ਬਾਕੀ ਮਾਸ਼ਾਅੱਲਾ ਜਾਨੀ ਆ, ਚਾਰ ਪਾਈਆਂ ਵਿਛਾ ਲਈਆਂ, ਉੱਧਰ ਉਹਨਾਂ ਦੀਆਂ ਹੁੰਦੀਆਂ ਅਤੇ ਸਲੀਮ ਉਹਨਾਂ ਦੀਆਂ, ਇੱਧਰ ਸਾਡੀਆਂ ਹੁੰਦੀਆਂ। ਆ ਮਾਸ਼ਾਅੱਲਾ ਸਾਡੇ ਤਿੰਨਾਂ ਦੀਆਂ, ਮੇਰੇ ਦੋ ਮੇਰੇ ਬੱਚਿਆਂ ਦੀਆਂ ਵਾ, ਪੰਜਾਂ ਦੀਆਂ, ਅਤੇ ਉਹ ਐਂਡ ਵਾਲੀ ਮੇਰੀ ਆ, ਅਤੇ ਬਾਕੀ ਉਹਨਾਂ ਦੀ ਇੱਧਰ ਹੁੰਦੀਆਂ। ਇੱਧਰ ਅਸੀਂ ਕਿਚਨ ਵਾਲੇ ਪਾਸੇ ਫਰਸ਼ੀ ਪੱਖਾ ਲਾ ਕੇ ਰੱਖ ਕੇ ਲਾ ਲਈਦਾ, ਉਹਨਾਂ ਨੂੰ ਕੂਲਰ ਲਾਉਂਦੇ, ਕੂਲਰ ਪੱਖਾ, ਕੂਲਰ ਪੱਖਾ ਲਾ ਲੈਂਦੇ ਇੱਧਰ। ਇੱਧਰ ਇਹਨਾਂ ਦੀਆਂ ਅਤੇ ਸਲੀਮ ਉਹਨਾਂ ਦੀਆਂ ਹੁੰਦੀਆਂ, ਕੂਲਰ ਪੱਖਾ ਲਾਉਂਦੇ। ਮੇਰੀਆਂ ਇੱਧਰ ਨੂੰ ਹੁੰਦੀਆਂ, ਮੈਂ ਉੱਥੇ ਪੜੋਲੇ ਕੋਲੇ ਰੱਖ ਕੇ ਆਪਣਾ ਫਰਸ਼ੀ ਪੱਖਾ ਲਾ ਲੈਂਦੀ, ਕੂਲਰ ਕੋਲੇ ਰੱਖ ਕੇ ਫਰਸ਼ੀ ਪੱਖਾ ਲਾ ਲੈਂਦੀ। ਅਤੇ ਤੰਗ ਹੀ ਅੰਦਰ ਬਰਾਂਡਿਆਂ ਦਾ ਸੀ, ਕਹਿੰਦਾ ਮੇਰਾ ਵੀ ਛੋਟਾ ਵਾ, ਅਤੇ ਫਿਰ ਸਾਰੀਆਂ ਮੰਜੀਆਂ ਨੀਂਦਾਂ ਪੂਰੀਆਂ ਹੁੰਦੀਆਂ। ਫਿਰ ਇੱਥੇ ਸਲੀਮ ਹੁਣ ਐਸ ਰੁੱਖ ਨੂੰ ਡਾਲ ਲੈਂਦੇ ਅਤੇ ਕੂਲਰ ਪੱਖਾ ਲਾ ਲੈਂਦੇ, ਅਸੀਂ ਸਾਨੂੰ ਵਿਛਾ ਲੈਂਦੀਆਂ। ਹੁਣ ਮੈਂ ਜਾਨੀ ਉੱਪਰ ਜਾ ਕੇ ਰੋਟੀ ਬਣਾਉਂਦੀ ਹਾਂ, ਬਾਕੀ ਵੀਡੀਓ ਦਾ ਜਿਹੜਾ ਵੀ ਸੀਨ ਹੋਇਆ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰਦੀ। ਇੰਜੋਏ ਕਰਦੇ ਪਏ ਬਾਹਰ, ਅਤੇ ਸਾਮੀਆਂ ਹੀਰਾ ਅਤੇ ਹਾਨੀਆਂ ਸਾਈਕਲ ਦੇ ਝੂਟੇ ਲੈਂਦੇ ਆ, ਸਾਮੀਆਂ ਨੂੰ ਤਾਂ ਬਸ ਆਪਣੀ ਸਾਈਕਲ ਹੀ ਨਾਲ। ਅਤੇ ਮਾਸ਼ਾਅੱਲਾ ਮਸਜਿਦ ਵੀ, ਮਾਸ਼ਾਅੱਲਾ ਸਾਡਾ ਮਾਂ ਮਸਜਿਦ ਜਾ ਰਹੇ ਆ ਅਜ਼ਾਨ ਦੇਣ ਵਾਸਤੇ, ਕਿਉਂਕਿ ਮਗਰਬ ਦਾ ਅਜ਼ਾਨ ਦਾ ਨਮਾਜ਼ ਅਜ਼ਾਨ ਦਾ ਟਾਈਮ ਹੋ ਗਿਆ। ਅਤੇ ਮਾਸ਼ਾਅੱਲਾ ਦੇ ਸਕਦੇ, ਸਾਮੀਆਂ ਬੇਟੀ ਦੇਖੋ ਕਿੰਨੀ ਖੁਸ਼ ਆ, ਹਾਨੀਆਂ ਬੇਟੀ ਹੁਣ ਬਹਿ ਕੇ ਦੋਨੇ ਭੈਣਾਂ ਲੈਂਦੇ ਰਹਿੰਦੇ, ਬਾਕੀ ਬੱਚੇ
ਤੇ ਮਾਸ਼ਾਅੱਲਾ ਸਾਡੇ ਗਾਉਣ ਦਾ ਮਾਹੌਲ ਮੈਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂ ਤੇ ਕ੍ਰਿਕਟ ਬੱਚੇ ਛੋਟੇ ਛੋਟੇ ਖੇਡਣ ਦੇ ਇਧਰ ਗਲੀ ਚ ਤੇ ਬਾਕੀ ਗਰਾਊਂਡ ਚ ਤੇ ਆਪਣੇ ਭੈਣ ਭਾਈਆਂ ਨਾਲ ਰੋਜ਼ ਹੀ ਸ਼ੇਅਰ ਕਰਦੀ ਗਰਾਊਂਡ ਚ ਤੇ ਰੋਜ਼ ਹੀ ਇਸ ਤਰ੍ਹਾਂ ਹੀ ਰਸ਼ ਹੁੰਦਾ ਤੇ ਸੂਰਜ ਵੀ ਮਾਸ਼ਾਅੱਲਾ ਗਰੂਪ ਹੋ ਗਿਆ ਕਿਉਂਕਿ ਮਗਰਬ ਦੀਆਂ ਅਜ਼ਾਨਾਂ ਦਾ ਟਾਈਮ ਹੋ ਗਿਆ ਮੈਂ ਵੀ ਉੱਪਰ ਆ ਗਈ ਰੋਟੀ ਬਣਾਉਣੀ ਹੈ ਤੇ ਮਾਂ ਮਸਜਿਦ ਵੀ ਮਾਸ਼ਾਅੱਲਾ ਮਸਜਿਦ 'ਚ ਆ ਗਏ ਅਜ਼ਾਨ ਦੇਣ ਵਾਸਤੇ ਅਤੇ ਪਰਿੰਦੇ ਵੀ ਆਪਣੇ ਘਰਾਂ ਨੂੰ ਜਾ ਰਹੇ ਸਾਮੀਆਂ ਹਾਲੀ ਉੱਧਰ ਚਲੀਆਂ ਗਈਆਂ ਜੀ ਕਿਸੇ ਟਾਈਮ ਵੀਡੀਓ ਨਹੀਂ ਲੱਭਦੀ ਇੰਨੀ ਔਖੀ ਬਣਾਉਣੀ ਪੈਂਦੀ ਮਾਸ਼ਾਅੱਲਾ ਅਜ਼ਾਨਾਂ ਸ਼ੁਰੂ ਹੋ ਗਈਆਂ ਦੇ ਸਾਈਜ਼ ਦੇ ਜਾਨ ਮਾਸ਼ਾਅੱਲਾ ਸਾਡੇ ਵੀ ਸ਼ੁਰੂ ਹੋ ਗਏ ਰੋਟੀ ਬਣਾਉਣੀ ਆ ਤੇ ਬਾਕੀ ਵੀਡੀਓ ਦਾ ਜਿੱਥੇ ਕਰਦੀ ਹੈ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਭੈਣ ਭਾਈਆਂ ਨੂੰ ਅਗਰ ਮੇਰੇ ਭੈਣ ਭਾਈਆਂ ਨੂੰ ਪਸੰਦ ਆਵੇ ਲਾਇਕ ਔਰ ਸ਼ੇਅਰ ਕਰਿਓ ਦੁਆਵਾਂ 'ਚ ਆਪਣੀ ਭੈਣ ਨੂੰ ਯਾਦ ਰੱਖਿਓ ਮੇਰੀਆਂ ਦੁਆਵਾਂ ਮੇਰੇ ਭੈਣ ਭਾਈਆਂ ਦੇ ਨਾਲ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਅੱਲਾਹ ਹਾਫਿਜ਼ ਅੱਲਾਹ ਹਾਫਿਜ਼